चलो चलिए उतार उठो तो जल्दी करो रेडी हो। चलो जी चलो जी मिल ले चलो 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 जल्दी 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 रखो रखो साड़ी फ्लाइट जाती है। असी भाजी हम सफरे पै गए घरों निकल आए हैं ते हजार भी तुल ਨਾ ਤੋ ਲਵੋ ਤੇ ਸੌਵੋ ਚੁੱਪ ਕਰਕੇ ਜਾਗ ਉੱਤੇ। ਅਸਲਾਮ ਅਲੈਕੁਮ ਗਾਇਸ, ਕੀ ਹਾਲ ਚਾਲ ਨੇ ਤੁਹਾਡੇ? ਅੱਜ ਦੇ ਵਲੌਗ ਵਿੱਚ ਅਸੀਂ ਬੜਾ ਜਿਹਾ ਰੋਮਾਂਚਿਕ ਕਰਾਂਗੇ ਤੇ ਬੜਾ ਮਜ਼ਾ ਆਏਗਾ। ਤਕਰੀਬਨ 2-3 ਦਿਨ ਹੋ ਗਏ ਨੇ। ਆਪਣੀ ਵਾਈਫ ਨੂੰ ਕਿਹਾ ਸੀ ਕਿ ਅਸੀਂ ਜਿਹੜਾ ਨੋਰਮਲੀ ਸਾ 2 ਤਰੀਕ ਨੂੰ ਜਾਣਾ ਸੀ ਫਲਾਈ ਕਰਨਾ ਸੀ, ਉਹਨੇ ਕਿਹਾ ਸੀ ਟਿਕਟ ਅਗਾ ਕਰਾ ਲਓ, ਅੰਮੀ ਵੀ ਕਿਹਾ ਸੀ, ਸਨੀ ਵੀ ਕਹਿੰਦਾ ਸੀ ਤੇ ਟਿਕਟ ਅਗਾ ਕਰਾ ਲਓ ਤੇ ਅਸੀਂ ਜ਼ੈਨ ਦੀ ਬਰਥਡੇ ਇੱਥੇ ਕਰਾਂਗੇ, ਉਹ ਵੀ ਕਹਿੰਦੀ ਸੀ। ਮੈਂ ਕਿਹਾ ਠੀਕ ਹੈ ਕਰਾ ਲਾਂਗਾ, ਲੇਕਿਨ ਮੈਂ ਉਹਨੂੰ ਦੱਸਿਆ ਨਹੀਂ ਕਿ ਟਿਕਟ ਅਗਾ ਹੋ ਗਈ ਹੈ, ਲੇਕਿਨ ਟਿਕਟ ਅਗਾ ਕਰਵਾ ਲਈਏ ਕਿਉਂਕਿ ਜ਼ੈਨ ਦੀ ਬਰਥਡੇ ਆ ਰਹੀ ਹੈ 4 ਨੂੰ, ਉਹ ਵੀ ਵਲੌਗ ਪੋਸਟ ਕਰਾਂਗੇ। ਤੇ ਉਹਨੂੰ ਨਹੀਂ ਪਤਾ ਤੇ ਅਸੀਂ ਹੁਣ ਤਿਆਰੀ ਤਿਊਰੀ ਕਰਕੇ ਮੈਂ ਕਿਹਾ ਕੋਈ ਬੜੇ ਵਾਲਾ ਕਰਦੇ ਹਾਂ ਪ੍ਰੈਂਕ, ਜਿਹੜੇ ਨਹੀਂ ਮੰਨਦੇ ਨਾ ਮੰਨਣ ਵਾਲਿਆਂ ਦੀ ਜੇਲਾਂ ਪੜੀਆਂ ਨੇ, ਨਾ ਮੰਨੋ ਭਾਈ ਪ੍ਰੈਂਕ ਬਾਕੀ ਅਸੀਂ ਕਰਾਂਗੇ, ਤੁਸੀਂ ਨਹੀਂ ਵੀ ਮੰਨਦੇ ਤੇ ਖੈਰ ਸੱਲ ਪਕਾਇਆ। ਅਗਰ ਤੁਹਾਨੂੰ ਡਰਾਮਾ ਹੀ ਲੱਗਦਾ ਵੇਖੋ, ਮਜ਼ਾ ਨਾ ਆਇਆ ਪੈਸੇ ਵਾਪਸ। ਹੁਣ ਅਸੀਂ ਪਹਿਲਾਂ ਆਇਆ ਕਟਿੰਗ ਕੁਟਿੰਗ ਕਰਾਉਣ ਨੂੰ, ਕਟਿੰਗ ਵੈਸੇ ਵੀ ਸਾ ਕਰਾਉਣੀ ਹੋਣੀ, ਇੰਝ ਲੱਗੇ ਕਟਿੰਗ ਕਰਾ ਕਰੂ ਕਿ ਆਏ ਨੇ ਰੈਡੀ ਹੋ ਕੇ ਆ ਗਏ ਨੇ, ਤਾਂ ਮਤਲਬ ਬਾਕੀ ਅਸੀਂ ਜਾ ਰਹੇ ਹਾਂ। ਜਾ ਕੇ ਨਹਾ ਧੋ ਕੇ ਕੱਪੜੇ ਪਾਵਾਂਗੇ, ਉਹ ਵੀ ਤਿਆਰ ਹੋ ਰਹੀ ਹੈ ਤਕਰੀਬਨ, ਪੈਕਿੰਗ ਪੁਕਿੰਗ ਮੈਨੂੰ ਲੱਗਦਾ ਕਰ ਦਈਏ ਬਈ, ਤੇ ਫਿਰ ਅਸੀਂ ਇਹਨਾਂ ਨੂੰ ਬਿਠਾ ਕੇ ਤੇ ਫਿਰ ਅਸੀਂ ਐਵੇਂ ਬਾਹਰ ਦਾ ਚੱਕਰ ਲਵਾ ਕੇ ਮੈਕਡੋਨਲ ਮੈਕਡੋਨਲ ਇਹ ਉਹ ਆਖਾਂਗੇ ਕਿ ਇਹ ਤੋਂ ਆਪਕੇ ਸਾਥ ਪ੍ਰੈਂਕ ਹੋਇਆ, ਹਮ ਤੋ ਨਹੀਂ ਜਾ ਰਹੇ, ਹਮਨੇ ਤੋ ਟਿਕਟ ਅਗਾਂ ਕਰਵਾ ਲਈ ਹੈ। ਸੋ ਪ੍ਰੈਂਕ ਮੈਂ ਕਿਹਾ ਕੋਈ ਬੜਾ ਹੋਣਾ ਚਾਹੀਏ, ਤੇ ਇਸ ਤੋਂ ਵੱਡਾ ਮੇਰੇ ਜ਼ਿਹਨ 'ਚ ਕੋਈ ਪ੍ਰੈਂਕ ਨਹੀਂ ਆਇਆ ਹੈਗਾ। ਮੈਂ ਕਿਹਾ ਚਲੋ ਜਾਣ ਦਿਓ ਫਿਰ, ਇਹ ਹੀ ਸਹੀ ਹੈ, ਇਸ ਮੇਂ ਜਾਣ ਕਾ ਖਤਰਾ ਵੀ ਹੈ ਬਹੁਤ ਹੀ ਜ਼ਿਆਦਾ, ਲੇਕਿਨ ਕੋਈ ਨਹੀਂ, ਵੀ ਵਿਲ ਡੂ ਇਟ। ਯੈਸ, ਅਸਲਾਮ ਅਲੈਕੁਮ। ਸੋ ਜੱਟ ਸਾਹਿਬ ਨੂੰ ਵੀ ਇਸ ਚੀਜ਼ ਦਾ ਪਤਾ ਹੈ, ਅੰਮਾ ਮੇਰੇ ਨੂੰ ਪਤਾ, ਸਾਰਿਆਂ ਨੂੰ ਪਤਾ ਹੈ, ਤੈਨੂੰ ਪਤਾ ਨਹੀਂ ਬਾਕੀ ਗਾਇਸ ਮੇਰੀ ਅੱਖਾਂ ਖਰਾਬ ਹੋ ਗਈਆਂ, ਤਾਂ ਮੈਂ ਐਨਕ ਲਾਈਏ ਦਿਨੇ ਰਾਤੀ ਐਨਕ ਲਾਗ ਲਗਾ ਫਿਰਨਾ, ਕਿਉਂਕਿ ਅੱਖਾਂ ਦਾ ਬੇੜਾ ਉਗਰ ਕੇ ਮੰਦੇ ਦਿਹਾੜੇ ਭੈੜੇ ਹਾਲ ਹੋ ਗਏ ਨੇ। ਅੱਜ ਤੋਂ ਹੀ ਹੁਣ ਕਟਿੰਗ ਕਰਵਾਉਂਦੇ ਹਾਂ ਆਪਣੀ। ਸੋ ਐਸੇ ਪ੍ਰੈਂਕ ਆਪਣੀ ਜਨਾਨੀਓ ਕੇ ਸਾਥ ਕਰਨੇ ਇਸ ਮੈਂ ਬਾਬੂ, ਜਾਨ ਕਾ ਖਤਰਾ ਵੀ ਹੋ ਸਕਤਾ ਹੈ, ਲੇਕਿਨ ਮੈਨੇ ਕੁਛ ਨਯਾ ਕਰਨੇ ਕੀ ਕੋਸ਼ਿਸ਼ ਕੀ ਹੈ। ਯੈਸ, 2-4 ਦਿਨ ਬਾਲ ਨਾ ਕਟਵਾਈਏ ਨਾ ਤਾਂ ਬੰਦਾ ਜੰਗਲੀ ਦੇ ਵਿੱਚ ਲੱਗਣ ਲੱਗ ਪੈਂਦਾ। ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹੈ। ਆਹ ਵਾਲਾਂ ਦਾ ਹਾਲ ਵੇਖੋ, ਫੂਟਾ ਪਟਿਆ ਕਿਤਾ ਵਾਲਾਂ ਦਾ ਬੂ। ਆਹ ਹਜ਼ਾਰ ਵੀ ਤੁਲ ਅਨਾ ਹਰ ਵੀ ਇਨ ਤਾਂ ਪਾਕਿਸਤਾਨੀ ਕੁੱਲੂ ਪਾਕਿਸਤਾਨੀ, ਅੱਗੋ ਤੁਹਾਨੂੰ ਪਤਾ ਹੀ ਹੈ। ਮਸਤ ਜੋਕ ਮਾਰਾ ਰੇ, ਇਹ ਹੱਸ ਰਿਹਾ ਹਲਕਟ ਹੱਸ। ਇਹ ਕੀ ਬਣਾ ਦਿਆ ਮੇਰੇ ਕੋ, ਹਜ਼ਾਰ ਵੀ ਬਣਾ ਦਿਆ ਹੈ, ਇਹ ਕੀ ਹੈ, ਇਸੇ ਕੀ ਹੁੰਦਾ ਹੈ, ਇਸਕੇ ਕੀ ਅਰਬੀ, ਇਸਕੇ ਕੀ ਨੁਕਸਾਨਾਤ ਹੈ। ਅਨਾ ਹਰ ਵੀ, ਅਨਾ ਅਰਬੀ ਕਮਿੰਗ ਫਰਮ ਦੁਬਈ ਡਾਇਰੈਕਟ ਫਲਾਈਟ ਰਾਈਟ ਹੇਅਰ ਇਨ ਦਿਸ ਬਾਰ ਬਾਰ। ਅਸਲਾਮ ਅਲੈਕੁਮ ਬੀਬੀ, ਇਮਸ਼ੀ ਇਮਸ਼ੀ ਇਮਸ਼ੀ, ਤਾਲ ਕਟਿੰਗ ਕਰੋ, ਛੇਤੀ ਕਰੋ। ਲੋ ਜੀ ਕਟਿੰਗ ਹੋ ਗਈ ਡਨ, ਹੁਣ ਚਾਚਾ ਜੀ ਕਰਨ ਲੱਗੇ ਨੇ ਸਮਾਜ ਮਸਾਜ ਮਸਾਜ। ਲੋ ਜੀ ਕਟਿੰਗ ਕੁਟਿੰਗ ਕਰਾ ਲਈਏ, ਸਭ ਯੈਸ ਹੋ ਗਿਆ, ਜਾ ਕੇ ਨਹਾਉਣਾ ਹੈ, ਨਹਾ ਕੇ ਅਤੇ ਕੱਪੜੇ ਛੱਪੜੇ ਪਾ ਕੇ ਨਿਕਲ ਜਾਣਾ, ਨਹਾਉਣ ਤੋਂ ਪਤਾ ਲੱਗ ਜਾਂਦਾ ਹੋਣਾ ਤੁਹਾਨੂੰ, ਐਵੇਂ ਤਾਂ ਨਹੀਂ ਨਹਾਉਂਦੇ, ਸੀਰੀਅਸ ਪ੍ਰੈਂਕ ਤਾਂ ਹੀ, ਹੁਣ ਨਹਾਉਣ ਤਾਂ ਤੁਹਾਨੂੰ ਪਤਾ ਲੱਗਦਾ ਹੋਣਾ, ਬਾਕੀ ਇਹ ਗੱਲ ਜਿਹੜਾ ਪ੍ਰੈਂਕ ਬੜਾ ਸੀਰੀਅਸ ਹੈ, ਕਿਉਂਕਿ ਉਂਝ ਤਾਂ ਹੀ ਇਹੋ ਜਿਹਾ ਰਿਸਕ ਦੀ ਲਿਆ ਹੀ ਨਹੀਂ ਨਹਾਉਣ ਨੂੰ, ਨਾਲੇ ਨਵੇਂ ਕੱਪੜੇ ਪਾਉਣ ਦਾ। ਲੋ ਜੀ ਗਾਇਜ਼, ਬੈਗ ਬੁੱਕ ਉਹਨੇ ਪੈਕ ਕਰਕੇ ਰੱਖ ਛੱਡੇ ਸਨ, ਬੈਗ ਤੁਹਾਨੂੰ ਵਹਾਣਾ ਤਾਂ ਆ ਹੀ, ਪੈਕ ਕਰਦੇ ਹਾਂ, ਲੇਕਿਨ ਅਸੀਂ ਉਸ ਟਾਈਮ ਬਿਜ਼ੀ ਸਾਂ ਅਤੇ ਘਰ ਆਏ ਹਾਂ, ਤਾਂ ਬੈਗ ਬੁੱਕ ਰੈਡੀ ਨੇ। ਲੋ ਜੀ ਜ਼ੈਨ ਸਾਹਿਬ ਚੱਲਿਆ ਵਾਪਸ। ਚਲੋ ਜੈਨ ਸਾਹਿਬ, ਜੱਟ ਸਾਹਿਬ ਤੁਸੀਂ ਆਪ ਹੀ ਫੜ ਕੇ ਰੱਖ ਰਹੇ, ਜ਼ੈਨ ਸਾਹਿਬ ਨੇ ਤਾਂ ਰੱਖਣ ਨਹੀਂ ਦੇਣਾ। ਰੱਖੋ ਰੱਖੋ, ਸਾਡੀ ਫਲਾਈਟ ਜਾਂਦੀ ਹੈ ਬਈ, ਉਹ ਇੰਨੀ ਮਿਹਨਤ ਕਰਨੀ ਪੈਂਦੀ ਵੀ ਸਿਆਪਾ ਹੀ ਪਾ ਬੈਠਾ ਵਾ। ਮੈਂ ਪਵਾਂ ਹੱਥ ਆਰਾਮ ਨਾਲ ਆ ਜਾਣਗੇ ਪੂਰੇ। ਆ ਛੋਟਾ ਵੀ ਰੱਖ, ਛੋਟਾ ਅੱਗੇ ਰੱਖ ਲਈਏ, ਕਿ ਆ ਜਾਗਾ ਇੱਧਰ, ਧਿਆਨ ਨਾਲ ਵਿੱਚ ਜ਼ੈਨ ਦਾ ਸਮਾਨ ਹੀ। ਵੈਸੇ ਮੈਨੂੰ ਬਹੁਤ ਬੜੀ ਬੜੀ ਹੋਣੀ ਜਦੋਂ ਨੂੰ ਪਤਾ ਲੱਗਣਾ ਕਿ ਡਰਾਮਾ ਸੀ। ਆਹੋ ਅੱਗੇ ਰੱਖ ਦੇ, ਅੱਗੇ ਰੱਖ ਦੇ, ਜੱਟ ਸਾਹਿਬ ਪਿੱਛੇ ਹੀ ਰੱਖ ਦਿਓ, ਉਹ ਨਾ ਖੁੱਲੇ ਡੁੱਲੇ ਹੋ ਗਏ, ਬਾਅਦ ਜਾਵਾਂਗੇ ਨਾ, ਪਿੱਛੇ ਰੱਖ ਦਿਓ। ਉਹ ਯਾਰ ਜਲਦੀ ਕਰ, ਜਲਦੀ ਜਲਦੀ ਜਲਦੀ, ਓਕੇ ਡਨ ਡਨ। ਲਓ ਜੀ ਮੈਂ ਰੈਡੀ ਹੋ ਗਿਆ ਅਤੇ ਉਹ ਵੀ ਤਕਰੀਬਨ ਰੈਡੀ ਹੋ ਗਈ ਹੈ, ਅਤੇ ਹੁਣ ਇਹਨਾਂ ਨੂੰ ਫੜੀਏ ਅਤੇ ਚੱਲੀਏ। ਅੰਮੀ ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਅਸੀਂ ਕੀ ਕਰ ਰਹੇ ਪੈ, ਮਿਲ ਲਿਆ ਜੇ ਤਾਂ ਰੋਣਾ ਲੱਗ ਪਿਆ ਜੇ, ਤੁਸੀਂ ਰੋਣਾ ਨਹੀਂ, ਤੁਹਾਨੂੰ ਆਖਣਾ ਕਿ ਕਿੱਛੇ ਚੱਕਰ ਹੈ, ਪਹਿਲਾਂ ਤਾਂ ਰੋਂਦੇ ਹੁੰਦੇ ਸੋ, ਮਾੜਾ ਜਿਹਾ ਰੋ ਦਿਆ ਜੇ। ਜੱਟ ਸਾਹਿਬ ਵੀ ਰੈਡੀ ਹੋਏ ਬੈਠੇ ਨੇ, ਚੂਪਲਾ ਖਾ ਰਹੇ ਨੇ। ਜੱਟ ਸਾਹਿਬ ਚੱਲੀਏ ਵਾਪਸ, ਵਾਪਸ ਜਾ ਰਹੇ ਹਾਂ, ਜੱਪਰ ਜਾ ਰਹੇ ਹਾਂ, ਵਾਪਸ ਵਾਪਸ ਜਾ ਰਹੇ ਹਾਂ। ਬਾਏ ਦਾ ਵੇ ਗਾਇਜ਼, ਮੇਰੀਆਂ ਅੱਖਾਂ ਖਰਾਬ ਨੇ ਵੇਖੋ, ਭੈੜਾ ਹਾਲ ਆ, ਐਨਕ ਲਾ ਲਈਏ, ਤਾਂ ਹੀ ਮੈਂ ਐਨਕ ਲਾ ਕੇ ਲਗਾ ਫਿਰਨਾ ਪਈ, ਅੱਖਾਂ ਖਰਾਬ ਨੇ। ਆ ਤਿਆਰ ਹੋ ਕੇ ਆ ਗਈ, ਚਲੋ ਚੱਲੀਏ ਉਤਾਂ ਉੱਠੋ ਤੋਂ ਜਲਦੀ ਕਰੋ, ਰੈਡੀ ਹੋ ਕੇ ਆ ਗਈ ਬਈ, ਚੱਲੀਏ, ਮਿਲੋ ਜੀ, ਮਿਲੋ ਅੰਮੀ, ਮਿਲੋ। ਚਲੋ ਜੀ ਮਿਲ ਲਿਆ, ਮਿਲ ਲਿਆ, ਚਲੋ 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 ਚਲੋ, ਜਲਦੀ 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 ਜਲਦੀ, ਸਾਡਾ ਜਹਾਜ਼ ਆ ਗਿਆ, ਜਹਾਜ਼ ਆ ਗਿਆ, ਜਹਾਜ਼ ਖਲੋਤਾ ਹੈ।
ਤੁਸੀਂ ਕਿੱਥੇ ਬੈਠੇ ਹੋ ਦੋਵੇਂ ਮੰਗਣ ਵਾਲੇ? ਚਲੋ ਉਤਾ ਉਠੋ, ਚਲੋ ਚੱਲੀਏ, ਚਲੋ ਸਹੀ ਹੈ ਅੰਮੀ ਯਾਰ ਮਾੜਾ ਜਿਹਾ ਓਕੇ ਸਹੀ ਹੋ ਗਿਆ ਕੋਈ ਨੀ ਅੰਮਾ ਨੂੰ ਤਾਂ ਪਤਾ ਲੱਗਾ ਉਹਨੂੰ ਕਿਹੜਾ ਸਮਝ ਜਾਂਦੀ ਅੰਮਾ ਨੂੰ ਤਾਂ ਪਤਾ ਨਾ ਚਲੋ ਜੀ ਬਾਏ ਬਾਏ ਟਾਟਾ ਉਹ ਚੱਲ ਅਸਾਂ ਟੁਰ ਵੰਜਣਾ ਜ਼ੈਨ ਜਰਮਨੀ ਵਾਪਸ ਜਾ ਰਹੇ ਹਾਂ ਜ਼ੈਨ ਸਾਹਿਬ ਬਹੁਤ ਨਿਰਾਸ਼ਾ ਬੈਠੇ ਹੋਏ ਹੈ ਉਹ ਜਾਣਾ ਨਹੀਂ ਚਾਹਤੇ ਪਾਕਿਸਤਾਨ ਛੋੜ ਕੇ ਲੇਕਿਨ ਜ਼ੈਨ ਹਮੇ ਜਾਣਾ ਪੜੇਗਾ एक काम कर 200 रुपए दे और 50 रुपए कट ओवर एक्टिंग की वजह से असी भाजी उन सफरे पे गए हां घरों निकल आए हां ते कोई नहीं कोई नहीं आंदी जल्दी जल्दी करो कोई नहीं जहाज अपने ही खैर थला सानू छड़ के थोड़ी जाना जहाज ने आराम नाल जाने हैं सहे नाल जाने हैं की हो गया टेंशन का दी है टिबरी सियां नु भालिए राज ओ कुछ खा नहीं है खड खाना भी है ये मुसनो बस इसन खाना खाने जिसे ताऊ पान सोख इसन लाहौर ये गलियां ये चुबारे ये टाउन ये नजारे और ये क्या लगा हुआ है ये फुवारे और ये गैसी बगाने और ये बिचारे और ये बिचारे भुखे पाने ये तो जलील हो जाएंगे ये बत्तियां ये लाइटा ये स्ट्रीट हर चीज छोड़ चले जा रहे हैं मां मिस यू पाकिस्तान आगे जाट साहब तुसा कोई वादी गल नहीं करनी हैगी उन्होंने समझ आंदी पंजाबी थोड़ी थोड़ी है तू फिस्टांडन नहीं गिल हां सलाह तो हमारी ये थी इधर करे लेकिन हमारी टिकट आगे नहीं हुई जहाज नहीं मिलिया जहाज आंदे ने बुक ने सारे शादियां दा सीजन ने आंदे ने लोकी जहाज बुक कराए ने फुल्लां थल्ले बैठ के सिगरेट पी रहे ने वो गल नहीं हो बात नहीं रही दिन नहीं रही रात नहीं रही रफड़ पाया सी करे कि छड़ गल्लां दिओ हुण इहनूं मैनूं लगदा पता लग गया बड़ी उतरी चीज है जट यू आर टू उतरी चीज मैन बाय बाय टाउन बाय इस जान दे मौके ते मैनूं एक गालिब दा शेर याद आ गया कहिंदा कि आने से तेरे आए बहार जाने से तेरे जाए बहार पटा दे मुखिया ना मार पटा दे मुखिया ना मार करो वाह 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 यस ऊसा कैमरा मैं ऑन करना चाहिए सर चुप कर जने शैतानियां करदे हुंदे ने सब परली साइड ते बणा ही ना उधर लाहौर उधर खांदे राह टुट जांदे ओए तू खा के जाने यार यार टाइम को नहीं ओ टेंशन नहीं ओ यार टाइम को नहीं ओ यार टाइम को नहीं टेंशन नहीं ओ यार ओ टेंशन ही नहीं हां ओ टेंशन ही नहीं जैन साहब उस बंदर को बाय कर दो लास्ट टाइम जी आ गए हम गुजरा वाले माल इधर खाएंगे हम उसके बाद फिर हमने सीधा लाहौर की तरफ जाना है ओए जट साहब केंद्र में मेरे आइसक्रीम ले दे तो जैन साहब की हमने आइसक्रीम ले ली है चलो दिखाओ जट साहब बस तेनू पता ना मजाक करते पे हां नहीं जाना सही है सब ने पहले हमने जट साहब के फ्राइज ऑर्डर किए जट साहब कहते हैं पूरा डोंगा सारा मुद्दा इतने मारो ता ही मैं खाने ने मैं उन्होंने आख्या थोड़ा जहा खा ला बाकी पे रहते असं भी बच्चों को चुस्की ला लीए उन्हें पूरी प्लेट भर के तो प्लेट सीधी मुद्दी मारती जमीन से सारे टुट गए फिर हमने दोबारा ऑर्डर किए ये देखो बाहर के नज़ारे
Not today, not today, not today, not tomorrow. Get out my way, please, I'm trying to get paid. Not today, not today, not today, not tomorrow. Get out my way, please, I'm trying to get paid. I've been broke for 27 years, I ain't gone for 20 years. ਭਾਜੀ ਜ਼ਹਿਨ ਸਾਨੂੰ ਕੁਛ ਨਹੀਂ ਖਾਣ ਦਿੰਦਾ ਪਿਆ, ਦੋ ਤਿੰਨ ਵਾਰੀ ਫਰਾਈਜ਼ ਲੈ ਕੇ ਆਰਡਰ ਕਰਕੇ ਥੱਲੇ ਸੁੱਟ ਕੇ ਦੁਬਾਰਾ ਆਰਡਰ ਕਰਕੇ ਫਿਰ ਕਰਕੇ ਫਿਰ ਬਾਕੀ ਵਲੋਗ ਬੜਾ ਮਹਿੰਗਾ ਪੈਂਦਾ ਪਿਆ, ਇਹ 15-20 ਹਜ਼ਾਰ ਦਾ ਵਲੋਗ ਸਾਨੂੰ ਜਿਹੜਾ ਨਾ ਪੈ ਜਾਣਾ। ਬਾਕੀ ਜ਼ਹਿਨ ਸਾਹਿਬ ਸਾਨੂੰ ਬਹਿ ਨਹੀਂ ਦਿੰਦੇ, ਵੇਖੋ ਗੁੱਸੇ ਤੋਂ ਨਾ ਬੂਹੇ ਭੰਨੀ ਜਾਂਦਾ ਪਿਆ ਇਹਦਾ ਵੀ। ਇਹਦੀ ਅੰਮਾ ਜਿਹੜੀ ਉਹ ਬੜੀ ਸੈਡ ਹੋ ਕੇ ਬੈਠੀ ਹੈ, ਪਰ ਨੌਕਰ ਦੇ 'ਚ ਉਹਨੂੰ ਇਹ ਕਿਸੀ ਵੀ ਸਾਡਾ ਜਹਾਜ਼ ਜਿਹੜਾ ਨੰਗ ਜਾ ਕਿਤੇ ਲੇਟ ਹੀ ਨਾ ਹੋ ਜਾਵੇ, ਕਿਉਂ ਮੂਲ ਮੁਕਾ ਕੇ ਬੈਠੀ ਥੱਲੇ ਰੁਲਦਾ ਪਿਆ। ਮੈਂ ਕੋਈ ਨਹੀਂ ਕੋਈ ਜਾਣੇ ਨਹੀਂ ਨੰਗ ਦਾ ਜਹਾਜ਼ ਕੀ ਹੋ ਗਿਆ। ਚਲੋ ਜੀ ਗਾਇਜ਼, ਅਸੀਂ ਖਾਣਾ ਖੁਣਾ ਖਾ ਕੇ ਰੈਡੀ ਹੋ ਗਏ ਹਾਂ ਜਾਣ ਵਾਸਤੇ। ਜ਼ਹਿਨ ਇੱਧਰ ਸੇ ਬਗਾਨੇ ਉਤਾਰ ਲਓ। ਚਲੋ ਜੀ, ਚਲੋ ਜੀ ਗਾਇਜ਼, ਅਸੀਂ ਹੁਣ 에어ਪੋਰਟ ਦੀ ਤਰਫ ਨਿਕਲ ਰਹੇ ਹਾਂ। ਸ਼ੁਸ਼ਟੇ ਸ਼ੌਰਮ ਵੀ ਉਹ ਕੀ ਹੈ ਤੇ ਵਲੌਗ ਬਣਾਉਣਾ ਨਹੀਂ ਜਾਣਦਾ, ਵਲੌਗ ਬਣਾਉਣਾ ਮੈਂ ਤੇ ਪਾਉਂਦੇ। ਜਲਦੀ ਚੱਲੋ ਯਾਰ, ਆ ਕੀ ਹੋ ਗਿਆ ਜਹਾਜ਼ ਤੇ ਸਾਨੂੰ ਛੱਡ ਕੇ ਜਾਣ ਲੱਗਾ ਪਲਸ? ਅਸੀਂ ਤੇ ਮੇਨ ਮੰਨੇ ਆ ਜਹਾਜ਼ ਦੇ, ਕੀ ਹੁੰਦਾ ਗਲਾਮੀਆਂ ਹੁੰਦੀਆਂ। ਬੜਾ ਟਾਈਮ ਹੈ, ਟੋਰ ਕੇ ਰੱਖ ਗੱਡੀ ਭਜਾ ਕੇ ਜਾਣ ਤੇ ਬਸ ਜਹਾਜ਼ ਨੂੰ ਲੈਦਾ ਸਟਾਰਟ ਕਰਕੇ ਖਿਲਾ ਰਿਹਾ ਉਹਨਾਂ। ਓਕੇ ਬਾਏ ਦਾ ਬਈ, ਅਭੀ ਗੁਜਰਾ ਵਾਲੇ ਮੀ ਹੈ। ਅਸਲਾਮ ਅਲੈਕੁਮ ਉਸਤਾਦ ਜੀ, ਇਹ ਜਹਾਜ਼ ਤਿਆਰ ਹੈ, ਅਸੀਂ ਆ ਰਹੇ ਹਾਂ। ਓਕੇ ਓਕੇ ਓਕੇ, ਅੱਲਾਹ ਹਾਫਿਜ਼। पसीनो पसीनी है तेरे सिरे वाल भी लवाने ने। पापा कहते थे बड़ा नाम करेगा टिंकू हमारा, ऐसे काम करेगा, पर ये तो हमने न जाना। ਕਾਪੜਾ ਫਰਾਈਸ ਦਾ ਮੁੰਡਾ ਖਾ ਜਾਂਦਾ ਆਂਦਾ ਬਈ ਮਾਨ ਓਏ ਪਾਪਾ ਕਰੀ ਮਾਰਤੇ ਪਾਪਾ ਕਰੀ ਨਿਸ਼ਲਾ ਗਨ ਓ ਬਰੂ ਹਾਂ ਯੈਸ ਜੱਟ ਸਾਹਿਬ ਟੂਰ ਦੋ ਗੱਡੀ ਪਹੁੰਚੇ ਯਾਰ ਕੀ ਕਰਨਾ ਆ ਪੜ ਗਏ ਆ ਉਹਨੂੰ ਸਮਝ ਹੀ ਨਹੀਂ ਹੁੰਦੀ ਵੀ ਸੋਚੀ ਪਈ ਜੇ ਵੈਸੇ ਐਜ਼ਿਸ਼ਨ ਵੋ ਹਿੰ ਫਾਸ ये था ड्रामा हमारा। हम दोबारा टाउन में आ गए। क्या क्या बोला तूने? स्माइल तू भी चलो जी उतरो। तो कैसा लगा मेरा प्रैंक? और तुहा कहना कि ये तो फेक था, ये था वो था। ਉਹ ਭਾਈ ਉਹਦਾ ਬਹਾਸ ਇੰਝ ਹੀ ਕਰਦੀ ਰਹਿੰਦੀ, ਉਹ ਭਾਵੇਂ ਸੈਡ ਹੋਈਏ ਉਹ ਇੰਝ ਹੀ ਕੈਮਰਾ ਵੇਖ ਦੰਦ ਜਿਹੇ ਨਿਕਲ ਜਾਂਦੇ ਨੇ, ਚੁੱਪ ਕਰਕੇ ਬਹਿ ਜਾਂਦੀਆਂ, ਗੰਨ ਕੱਢਣ ਲੱਗ ਪੈਂਦੀ ਜਦੋਂ ਹੱਸਣਾ ਹੁੰਦਾ ਰੋਂਦੀ ਜੀ, ਰੋਣਾ ਹੁੰਦਾ ਹੱਸਣਾ। ਅਤੇ ਪ੍ਰੈਂਕ ਸਾਡਾ ਹੁਣ ਹੋ ਗਿਆ ਓਵਰ, ਡਰਾਮਾ ਬੰਦ। ਅੰਮੀ ਜੀ ਸਾਡਾ ਜਹਾਜ਼ ਸਾਨੂੰ ਛੱਡ ਕੇ ਟੁਰ ਗਿਆ। ਨਹਾ ਧੋ ਲਵੋ ਤਾਂ ਸੌਵੋ, ਚੁੱਪ ਕਰਕੇ ਜਾਗ ਉੱਤੇ, ਇੱਥੇ ਹੀ ਆ ਹਫ਼ਤਾ ਦੋ ਹੀ ਅਸੀਂ। ਜ਼ਹਿਨ ਸਾਹਿਬ ਬੈਗ ਬੁੱਕ ਰੱਖੋ ਆਪਣੇ, ਦੁਬਾਰਾ ਅੰਦਰ ਪੜੋ ਬੈਗ। ਸੋ ਸਾਡੀ ਡਿਊਟੀ ਇੱਥੇ ਨਹੀਂ ਡਨ ਹੋਈ। ਜ਼ਹਿਨ ਸਾਹਿਬ ਜਿਹੜੇ ਨੇ ਉਹਨਾਂ ਤਕਰੀਬਨ ਸ਼ਾਮ ਟਾਈਮ ਨੇ ਸੌਣਾ ਸਨ 3-4 ਵਜੇ, ਹੁਣ ਇਹਦੇ ਨਾਲ ਭੱਜਣਾ ਭੁੱਜਣਾ ਪਕਾਇਆ, ਵਲੋਗ ਨੂੰ ਕਰਨੇ ਇੱਥੇ ਐਂਡ। ਇਨਸ਼ਾਅੱਲਾ ਨੈਕਸਟ ਵਲੋਗ 'ਚ ਮੁਲਾਕਾਤ ਹੋਏਗੀ। ਸਾਰੇ ਜਿਹਨੇ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਅਤੇ ਇੱਧਰ ਉੱਧਰ ਲੱਭ ਕੇ ਘੰਟੇ ਦਾ ਬਟਨ ਦਬਾ ਦਿਓ। ਅੱਲਾ ਹਾਫਿਜ਼।